ਹੈਲੋ ਜੀ, ਮੇਰਾ ਨਾਮ ਹੈ ਪਾਹੁਲ ਅਤੇ ਅੱਜ ਅਲਮਾਰੀ ਵਿੱਚ ਮੈਨੂੰ ਆਹ ਲੱਭੇ ਪੈਸੇ, ਸਾਰੇ ਆਹ ਸਾਰੇ ਪੈਸੇ ਲੱਭੇ, ਨਕਲੀ ਨੋਟਸ। ਤਾਂ ਦੇਖੋ ਸਾਰੇ ਲੱਭੇ, ਫਿਰ ਤੁਹਾਨੂੰ ਦਿਖਾਉਂਦਾ। ਆਹ ਦੇਖੋ ਸਾਰੇ ਜਿੰਨੇ ਲੱਭੇ ਸਾਰੇ ਆ, ਆਹ ਦੇਖੋ ਸੀ ਦੇਖੋ, ਆਹ ਦੇਖੋ 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 ਸਾਰੇ। ਆਹ 500 ਦੇ ਨੋਟ, ਰੁਪਿਆ ਇੰਡੀਅਨ, ਆਏ 1000 ਦੇ ਰੁਪਏ। ਅਤੇ ਅੱਜ ਆਪਾਂ ਇਹਨਾਂ ਨੂੰ ਗਿਣਾਂਗੇ ਸਾਰਿਆਂ ਨੂੰ। ਅਤੇ ਚਲੋ ਸਟਾਰਟ ਕਰੀਏ, ਆਪਾਂ ਸਟਾਰਟ ਕਰਾਂਗੇ ਆਹ ਪੈਸੇ ਗਿਣਨ ਤੋਂ। ਚਲੋ 1000, 2000, 3000, 4000, 5000, 6000, 7000, 8000, 9000, 10000, 11000, 12000, 13000, 14000, 15000, 16000, 17000, 18000, 19000, 20000, 21000, 22000, 25000, 26000, 27000, 28000, 29000, 30000, 31000, 32000, 33000, 34000, 35000, 36000, 37000, 89,000 ਟੋਟਲ ਹੈ ਗਿਆ। ਹੁਣ ਆਹ ਦੇਖੋ ਕਿੰਨਾ ਵੱਖਰਾ ਦਾ ਪਾਤਾ, ਫਿਰ ਸੈੱਟ ਕਰਨੇ ਬਣੇ। ਆਹ ਦੇਖੋ, ਆਹ ਦੇਖੋ, ਹੁਣ ਜਿਹੜਾ ਇਹ ਖਿਲਾਰਾ ਇਹਨੂੰ ਉੱਪਰਾ ਰੱਖੀਏ, ਅਤੇ ਹੁਣ ਆਹ ਦੂਜੇ ਨੋਟ ਲੈ ਕੇ ਆਈਏ, ਇਹਨੂੰ ਇਹਦੇ ਉੱਤੇ ਰੱਖ ਲੈਂਦੇ। ਇੱਦਾਂ ਇਹ ਜੇ 500 ਦੇ ਨੋਟ ਦੇਖੋ, ਧਿਆਨ ਨਾਲ 500 ਦੇ ਨੋਟ, ਅਤੇ ਜਿਹੜੇ 1000 ਦੇ ਨੋਟ ਇਹਨਾਂ ਨੂੰ ਆਪਾਂ ਪਰਾ ਰੱਖ ਦਈਏ। ਆਹ ਦੇਖੋ, ਆਹ ਦੇਖੋ, ਅੱਧੇ ਰੱਖਦੇ ਹਾਂ। ਹੁਣ ਆਪਾਂ ਗਿਣ ਲੱਗੇ 500 ਦੇ ਨੋਟ, ਆਹ ਸਾਰੇ 500 ਦੇ ਨੋਟ ਗਿਣੇ ਨੇ। 500, 1000, 1500, 2000, 2500, 3000, 3500, 4000, 4500, 5000, 5500, 6000, 6500, 7000, 7500, 8000, 8500, 9000, 9500, 10000, 10500, 11000, 11500, 12000, 13000, 12500, 13000, 13500, 14000, 14000, ਅਤੇ 14500, ਅਤੇ ਟੋਟਲ ਵਿੱਚ ਹੈਗੇ ਹਨ 14500 500 ਵਾਲੇ ਨੋਟ। ਹੁਣ ਆ ਟੋਟਲ ਵਿੱਚ ਆ ਸਾਰੇ ਤੇਰੇ ਪੈਸੇ ਜਿੰਨੇ ਵੀ ਹੈਗੇ ਸਾਰੇ ਖਿਲਾਰ ਕੇ ਦੇਖੋ, ਅਤੇ ਉਹਨਾਂ ਦੇ ਪਾਸ ਸਾਰੇ 500 ਵਾਲੇ ਨੋਟ, ਅਤੇ ਹੈਗੇ 1000 ਵਾਲੇ ਨੋਟ। ਆਪਣੇ ਟੋਟਲ ਬਣੇ 1,05,000 ਰੁਪੀਸ ਇੰਡੀਆ। ਮੈਡਮ ਲਾਈਕ ਕਰੋ,
ਸ਼ੇਅਰ ਕਰੋ ਅਤੇ ਕਮੈਂਟ ਅਤੇ ਸਬਸਕ੍ਰਾਈਬ।